तुसी आशकां दे बहुत सारे किस्से सुने होंगे, जिवें हीर रांझा, सस्सी पुन्नू अते मिर्जा साहिबा। पर अज असीं तुहानूं अजोके समें दे अजिहे प्रेमी जोड़े बारे दसण जा रहे हां जिसने सारिआं नूं पिछे छड्ड दित्ता। दरअसल जंडियाला गुरु दे पिंड तलवंडी डोगरा विच इक लड़का लड़की ने हाई कोर्ट विच अपने आधार कार्ड नाल छेड़छाड़ कर खुद दे बालक होण दे सबूत पेश कर विआह कर लिया। असल च दोनों इक्को पिंड दे रहण वाले सन अते जदों विआह बारे घरदिआं नूं पता लगा तां उन्हां ने पुलिस नूं सूचित कीता। उन्हां दस्सिआ कि इन्हां बालक हन जिस तों बाद प्रेमी जोड़ा फरार चल रिहा सी, पर हुण पुलिस ने इन्हां नूं गिरफ्तार कर लिया अते दोनों खिलाफ मामला दर्ज कर बनती कार्रवाई की जा रही है। ये 132/19, 363, 366 का मुकदमा दर्ज होया सी। उस मुकदमे दे विच हुण तक जिहड़ा लड़का ते लड़की बरामद नहीं सी होए, जिहड़े हुण असीं बरामद कर ले आ। बरामद करन तों बाद सानूं ये भी पता लग्गिया सी कि इहने हाई कोर्ट दे विच लड़की दी उम्र जिहड़ी सी उहनूं नाबालग तों बालग बना के, माइनर तों मेजर बना के, आधार कार्ड उहदा जिहड़ा उहदे च टैंपरिंग करके 2003 ਨੂੰ 2000 'ਚ ਤਬਦੀਲ ਕਰਕੇ ਅਤੇ ਆਪਣੀ ਮੈਰਿਜ ਰਜਿਸਟਰ ਕਰਵਾਈ ਸੀ। ਅਤੇ ਉਸ ਤੋਂ ਬਾਅਦ ਲੜਕੀ ਦੇ ਬਾਪ ਨੇ ਜਦੋਂ ਪੁਲਿਸ ਨੂੰ ਪ੍ਰੂਫ ਪੇਸ਼ ਕੀਤੇ ਓਰਿਜਨਲ, ਅਤੇ ਉਹਦੀ ਤਸਦੀਕ ਕੀਤੀ ਗਈ ਸਕੂਲ ਤੋਂ ਵੀ, ਅਤੇ ਆਧਾਰ ਕਾਰਡ ਵੀ ਉਹਦਾ ਜਿਹੜਾ ਵਾ ਉੱਥੋਂ ਕਢਾਇਆ ਗਿਆ ਨਵਾਂ, ਅਤੇ ਸਾਰਾ ਉਹਦਾ ਰਿਕਾਰਡ ਜਦੋਂ ਚੈੱਕ ਕੀਤਾ ਅਤੇ ਉਹਦੇ ਮੁਤਾਬਕ ਲੜਕੀ ਦੀ ਉਮਰ ਜਿਹੜੀ ਉਹ ਮਾਈਨਰ ਸੀਗੀ, 18 ਸਾਲ ਤੋਂ ਘੱਟ ਸੀਗੀ। ਉਹਦੇ ਆਧਾਰ 'ਤੇ ਉਸ ਵਕਤ ਦੇ SHO ਵੱਲੋਂ ਜਿਹੜਾ ਇਹ ਮੁਕਦਮਾ ਦਰਜ ਕੀਤਾ ਗਿਆ ਸੀ 132/19, ਅਤੇ ਹੁਣ ਇਹਨਾਂ ਨੂੰ ਅਸੀਂ ਬਰਾਮਦ ਕੀਤਾ ਵਾ, ਲੜਕੇ ਅਤੇ ਲੜਕੀ ਨੂੰ, ਅਤੇ ਬਰਾਮਦ ਕਰਕੇ ਅਤੇ ਅਸੀਂ ਇਹਨਾਂ ਦੀ ਜਿਹੜੀ ਲੜਕਾ ਵਾ ਇਹਦੀ ਜਿਹੜੀ ਅਰੈਸਟ ਤਸਵਰ ਕਰਤੀ ਆ। ਅਤੇ ਉਸ ਤੋਂ ਬਾਅਦ ਅਸੀਂ ਡਿਸਟ੍ਰਿਕਟ ਅਟੋਰਨੀ ਜਿਹੜੇ ਹੁੰਦੇ ਸਾਡੇ ਪ੍ਰੋਸੀਕਿਊਸ਼ਨ ਦੇ, ਉਹਨਾਂ ਨਾਲ ਅਸੀਂ ਡਿਸਕਸ ਕਰਕੇ ਅਤੇ ਜਿਹੜਾ ਇਹਨਾਂ ਨੇ ਟੈਂਪਰਿੰਗ ਕੀਤੀ ਸੀ ਲੜਕੀ ਦੇ ਆਧਾਰ ਕਾਰਡ 'ਤੇ, ਉਹਦੇ 'ਚ ਉਹਦੇ ਨਾਲ ਸੰਬੰਧਿਤ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਏਗੀ, DA Legal ਦੀ ਰਾਏ ਲੈ ਕੇ ਵਾਧਾ ਜੁਰਮ ਕੀਤਾ ਕਰਕੇ ਤੈਨੂੰ ਅਸੀਂ ਪੇਸ਼ ਕਰਾਂਗੇ। ਜੰਡਿਆਲਾ ਗੁਰੂ ਤੋਂ ਸਨੀ ਸਹੋਤਾ ਦੀ ਰਿਪੋਰਟ। ਹੁਣ ਸਮੱਸਿਆ ਭਾਵੇਂ ਕਿੱਡੀ ਵੀ ਹੋਵੇ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਪੰਡਿਤ ਵਿਖੇ ਸ਼ਾਸਤਰੀ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ। ਸੱਤ ਸਮੁੰਦਰੋਂ ਪਾਰ ਬੈਠੇ ਵੀ ਤੁਸੀਂ ਇੱਕ ਫੋਨ ਤੇ ਕਰਵਾ ਸਕਦੇ ਹੋ ਕੰਮ, ਜਿਵੇਂ ਵਸ਼ੀਕਰਨ, ਲਵ ਮੈਰਿਜ, ਵਿਦੇਸ਼ ਵਿੱਚ ਪੱਕੇ ਹੋਣਾ, PR ਦੀ ਸਮੱਸਿਆ, ਸੌਂਤਨ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਪਤੀ ਪਤਨੀ ਵਿੱਚ ਕਲੇਸ਼, ਕੋਰਟ ਕਚਹਿਰੀ, ਬੱਚਿਆਂ ਦਾ ਕਹਿਣੇ ਤੋਂ ਬਾਹਰ, ਤੁਹਾਡੇ ਭੈਣ ਭਰਾ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਕਿਸੇ ਦੇ ਵਸ ਵਿੱਚੋਂ ਬਾਹਰ ਕੱਢਣ ਲਈ ਤੁਰੰਤ ਪੰਡਿਤ VK ਸ਼ਾਸਤਰੀ ਨੂੰ ਫੋਨ ਕਰੋ 99 682 98 782।